ਹੈ ਬਾਕੀ ਲੱਸੀ ਵੀ ਹੈ ਸਤਿਕਾਰ ਅੱਛਾ ਜੀ ਮਿਹਰਬਾਨੀ ਥੈਂਕ ਯੂ ਵੈਲਕਮ ਟੂ ਤੁਸੀਂ ਸਾਡੇ ਪਿੰਡ ਚ ਆਏ ਸਾਰਿਆਂ ਦਾ ਹੀ ਪਿੰਡ ਆ ਸਾਰੇ ਕਹਿ ਸਕਦੇ ਆ ਸਾਡਾ ਪਿੰਡ ਇਹ ਵੀ ਪਿਛਲੇ ਸਮੇਂ ਦੀ ਖੇਡ ਹੈ ਬਾਜੀਗਰਾਂ ਦੀ ਬਾਜੀ ਜਿਵੇਂ ਪੁਰਾਣੇ ਸਾਡੇ ਪਿੰਡ ਦੇ ਵਿੱਚ ਪੁਰਾਣਾ ਕਲਚਰ ਵਿਖਾਇਆ ਗਿਆ ਪਿੰਡਾਂ ਦਾ ਇਹ ਸਾਜੋ ਸਮਾਨ ਆਪਣੇ ਘਰਾਂ 'ਚ ਹੀ ਹੁੰਦਾ ਸੀ 1947 ਤੋਂ ਪਹਿਲਾਂ ਇਹ ਵੀ ਪਿਛਲੇ ਸਮੇਂ ਦੀ ਖੇਡ ਹੈ ਜੀ ਪੁਰਾਣੇ ਸਮਿਆਂ 'ਚ ਮਨੋਰੰਜਨ ਦੇ ਸਾਧਨ ਘੱਟ ਹੁੰਦੇ ਸੀ ਇਹ ਜਿਹੜੀ ਬਾਜੀ ਹੈ ਪਿੰਡਾਂ ਦੀਆਂ ਸੱਥਾਂ 'ਚ ਪਿਆ ਕਰਦੀ ਸੀ ਸਭ ਤੋਂ ਪਹਿਲਾਂ ਲੋਹੇ ਦੇ ਗਾਡਰ ਦੀ ਗੇਮ ਕਰਦੀ ਹੈ ਜੀ ਇਹਦਾ ਆਪਾਂ ਬਾਲਾ ਨਹੀਂ ਲਾਉਣਾ ਕੋਈ ਸਿਰ 'ਤੇ ਨਹੀਂ ਚੁੱਕਣਾ ਵਿਚਾਲੇ ਰੱਸੀ ਬੰਨੀ ਹੈ ਉਹਨੂੰ ਦੰਦਾਂ ਨਾਲ ਫੜਨਾ ਬੈਕ ਸਾਈਡ ਸੁੱਟਣਾ 5-6 ਫੁੱਟ ਤੱਕ ਲਾ ਦਿਓ ਤਾੜੀ ਇੱਕ ਵਾਰੀ ਤਾਂ
ਦੀ ਇੱਕ ਨਹੀਂ ਦੋ ਨਹੀਂ ਪੂਰੇ ਤਿੰਨ ਖਿਡਾਰੀ ਪਾਸ ਹੋਣਗੇ ਰਿੰਗ ਇੱਕ ਤੇ ਖਿਡਾਰੀ ਤਿੰਨ ਕਿੰਨੇ ਤਿੰਨ ਰਹਿਣ ਦੇ ਆ ਭਾਜੀ ਕਦੋਂ ਕੰਮ ਆਉਣਗੇ ਕੱਲੇ ਪਰ ਖਾਂਦਾ ਹੋਣਾ ਦਿਲ ਵਿੱਚ ਸਾਡੇ ਪਿੰਡ ਨੇ ਪਤਾ ਲੱਗੇ ਮੈਡਮ ਜੀ ਸਰਦੀ ਜਿਹਨਾਂ ਨੇ ਲੰਚ ਲਿਖਿਆ ਹੈ ਉਹ ਡਾਇਨਿੰਗ ਬੋਲਦੇ ਲੰਚ ਲੀਜੀਏ ਲੇਡੀਜ਼ ਐਂਡ ਜੈਂਟਲਮੈਨ ਅਟੈਂਸ਼ਨ ਪਲੀਜ਼ ਜਿਸ ਕਿਸੀ ਮੈਡਮ ਜੀ ਸਰਦੀ ਕੋ ਸੂਚਿਤ ਕੀਆ ਜਾਤਾ ਹੈ ਕਿ ਲੰਚ ਕਰ ਲਿਆ ਜਾਏ ਡਾਇਨਿੰਗ ਹਾਲ ਪਹੁੰਚੇਗੇ ਜਿਨ੍ਹਾਂ ਨੇ ਨਾ ਦਿੱਤੇ ਰਾਤ ਨੂੰ ਸੁਪਨੇ ਚ ਫਸੇ ਸ਼ਕਤੀਵਾਨ ਅੱਛਾ ਜੀ ਹੁਣ ਮਾਣ ਕਰ ਸਕਦੇ ਹੋ ਇੰਨੀ ਕੁ ਬਾਜੀ ਮਜ਼ਬੂਰ ਕਰਨੀ ਚਾਹੀਦੀ।